ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰ ਵਾਹਿਗੁਰੂ ਜੀ ਦਾ ਉਹਦੇ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਸ਼ੁਰੂ ਕੀਤੀ ਗਈ ਇੱਕ ਪਰਿਵਾਰ ਨੇ ਦੂਸਰੇ ਪਰਿਵਾਰ ਨੂੰ ਪ੍ਰੇਰਿਤ ਕੀਤਾ ਦੂਸਰੇ ਨੇ ਤੀਸਰੇ ਨੂੰ ਪ੍ਰੇਰਿਤ ਕੀਤਾ ਇਹ ਲਹਿਰ ਘਰ ਘਰ ਤੱਕ ਪਹੁੰਚਦੀ ਗਈ ਕੁਝ ਸੰਸਥਾਵਾਂ ਨੇ ਸਕੂਲ ਕਾਲਜ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਪ੍ਰੇਰਿਤ ਕੀਤਾ ਸਟੂਡੈਂਟਸ ਨੇ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਪ੍ਰੇਰਿਤ ਕੀਤਾ ਸ਼ੁਕਰ ਵਾਹਿਗੁਰੂ ਦਾ ਹੁਣ ਤਾਂ ਬੱਚੇ ਵੀ ਪੁੱਛਣ ਲੱਗੇ ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ ਹੁਣ ਤਾਂ ਬੱਚਿਆਂ ਦੇ ਟੋਤਲੀ ਆਵਾਜ਼ ਵਿੱਚੋਂ ਨਿਕਲੇ ਹੋਏ ਇਹ ਸਵਾਲ ਸਾਨੂੰ ਹਲੂਨ ਦਿੰਦੇ ਹਨ ਮਿੱਠਾ ਜਿਹਾ ਹਲੂਣਾ ਦਿੰਦੇ ਨੇ ਜਿਹੜੇ ਇਦਾਂ ਸੋਚਦੇ ਸੀ ਚੱਲ ਕਰਾਂਗੇ ਸ਼ੁਰੂ ਕਰਾਂਗੇ ਕੱਲ ਨੂੰ ਕਰਾਂਗੇ ਇਸ ਵੀਕਐਂਡ ਤੇ ਕਰਾਂਗੇ ਟਾਈਮ ਨਹੀਂ ਹੈ ਬੱਚਿਆਂ ਦੇ ਸਵਾਲਾਂ ਨੇ ਉਨਾਂ ਨੂੰ ਹਲੂਨ ਕੇ ਰੱਖ ਦਿੱਤਾ ਆਪਾਂ ਸਾਰੇ ਗੁਰੂ ਦੀ ਕੌਮ ਦੇ ਲਈ ਆਪਾਂ ਵਾਰਨਾ ਹੈ ਕਰ ਕਰ ਦੇ ਵਿੱਚ ਗੁਰੂ ਦਾ ਸੰਦੇਸ਼ ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਕਰ ਕਰ ਵਿੱਚ ਲਿਜਾਣੀ ਹੈ ਅੱਜ ਦੇ ਬੱਚਿਆਂ ਦੇ ਅੰਦਰੋਂ ਵੀ ਇਹ ਸਵਾਲ ਉੱਠ ਰਹੇ ਨੇ ਕਿ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ ਆਓ ਖੁਦ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰੀਏ ਪਰਿਵਾਰ ਦਾ ਕੋਈ ਵੀ ਮੈਂਬਰ ਬੰਜਾ ਨਾ ਰਹਿ ਜਾਵੇ ਕੋਈ ਰਿਸ਼ਤੇਦਾਰ ਸ਼ਰੀਕੇ ਵਿੱਚੋਂ ਮਿੱਤਰਾਂ ਦੋਸਤਾਂ ਚੋਂ ਕੋਈ ਵੀ ਬੰਜਾ ਨਾ ਰਹਿ ਸਕੇ ਇਸ ਲਹਿਰ ਨੂੰ ਘਰ ਘਰ ਤੱਕ ਪਹੁੰਚਾਈਏ ਮਰਦੀ ਹੈ ਸੋਣ ਸ਼ਬਦ ਵਿਚਾਰਾ ਮਰਦੀ ਹੈ ਸੋਣ ਸ਼ਬਦ ਵਿਚਾਰਾ ਜਿਉਂ ਧਮ ਵਰਸੇ ਉਰਤ ਧਾ ਮਰਦੀ ਹੈ ਸੋਣ ਸ਼ਬਦ ਵਿਚਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ 260 ਬਾਵਨਖਰੀ ਬਾਣੀ ਦੀ 47ਵੀਂ ਪੌੜੀ ਤੇ ਪੌੜੀ ਦੇ ਨਾਲ ਅੰਕਤ ਸ਼ਲੋਕ ਸ਼ੁਰੂ ਹੋ ਰਿਹਾ ਹੈ ਸ਼ਲੋਕ ਆਹੋ ਕਰਤ ਬਿਹਾਨੀਆਂ ਸਾਕਤ ਮੁਗਦ ਅਜਾਨ ਤੇ ਮਨਾ ਤੇਰੇ ਅੰਦਰ ਹੰਕਾਰ ਜੋ ਸੁਭਾਅ ਉਹ ਦੇ ਸੋਚ ਦੇ ਫਿੱਟ ਨਹੀਂ ਆਉਂਦਾ ਉਹ ਤੈਨੂੰ ਘਟੀਆ ਦਿਸਦਾ ਏ ਮਨਾ ਤੈਨੂੰ ਆਪਣਾ ਹੀ ਸੁਭਾਅ ਤੇ ਆਪਣੀ ਸੋਚ ਹੀ ਪਰਫੈਕਟ ਦਿਸਦੀ ਏ ਇਹ ਜੀਵਨ ਤੇਰਾ ਇਸ ਹੋਮੈ ਦੇ ਕੰਡੇ ਦੇ ਵਿੱਚ ਏਵੇਂ ਬਤੀਤ ਹੋ ਰਿਹਾ ਬ्यर्थ ਜਾ ਰਿਹਾ ਸੁਹਿਲਾ ਸਭ ਦੀ ਬਾਣੀ ਵਿੱਚ ਪੜ੍ਹ ਦੇ ਨਾ ਸਾਖਤ ਅਰ ਰਾਸ ਸਾਧਨਾ ਜਾਣਿਆ ਇਹਨਾਂ ਅੰਤਰ ਹਉਮੈ ਕੰਡਾ ਹੈ ਸਾਕਤ ਜਿਹੜਾ ਮਨ ਗੁਰੂ ਦੇ ਉਪਦੇਸ਼ਾਂ ਦੇ ਉਲਟ ਸੁਭਾਅ ਤੇ ਸੋਚ ਨੂੰ ਚੁੱਕੀ ਬਿਠਾ ਖੁਆਇਰ ਗੁਰੂ ਦਾ ਉਪਦੇਸ਼ ਕੁਝ ਹੋਰ ਕਹਿ ਰਿਹਾ ਹੈ ਇਹ ਮਨ ਕੁਝ ਹੋਰ ਕਰ ਰਿਹਾ ਹੈ ਇਹ ਸਾਕਤ ਹੈ ਕਿਉਂਕਿ ਮੁਗਧ ਹੈ ਮੂਰਖ ਹੈ ਅਣਜਾਣ ਹੈ ਇਹਦੇ ਕੋਲੇ ਸੋਝੀ ਨਹੀਂ ਉਥੇ ਸੋਹਿਲਾ ਸਾਹਿਬ ਵਿੱਚ ਸਾਖਤ ਦਾ ਕਿਹਾ ਕਿ ਸਾਖਤ ਹਰ ਰਸ ਸਾਧਨਾ ਜਾਣਿਆ ਤੇ ਨੰਤਰ ਹੋਮੈ ਕੰਡਾ ਹੈ ਇੱਥੇ ਸਤਿਗੁਰੂ ਕਹਿੰਦੇ ਉਹ ਹੋਂ ਹੋਂ ਦੇ ਵਿੱਚ ਇਹ ਜਿੰਨੇ ਕਰਮ ਮਨ ਕਰ ਰਿਹਾ ਨਾ ਸੁਭਾਅ ਤੇ ਸੋਚ ਕਰ ਰਿਹਾ ਇਹ ਜੀਵਨ ਨੂੰ ਵਿਅਰਥ ਗਵਾਈ ਜਾ ਰਿਹਾ ਅੜੜਕ ਮੂਏ ਜਿਉ ਤ੍ਰਿਖਾ ਬੰਤ ਨਾਨਕ ਕਿਰਤ ਕਮਾਨ ਇਹ ਹੋਮੈ ਦਾ ਕੰਡਾ ਜਿਵੇਂ ਕਿਸੇ ਦੇ ਸਿਲਤ ਜੀ ਵੱਜਦੀ ਹੈ ਨਾ ਜਦ ਤਬੜਾ ਬਰੀਕ ਜਾਂ ਕੰਡਾ ਕਿਤੇ ਚੁਭਿਆ ਹੁੰਦਾ ਉਹਦੀ ਰੜਕ ਬੜੀ ਪੈਂਦੀ ਹੈ ਇਹ ਹਮੈ ਦੇ ਕੰਡੇ ਦੀ ਜਿਹੜੀ ਰੜਕ ਹੈ ਨਾ ਇਹ ਆਤਮਿਕ ਮੌਤ ਦਿੰਦੀ ਹੈ ਰੜਕ ਮੂਏ ਜਿਵੇਂ ਤਰੀਖਾ ਬੰਦ ਜਿਵੇਂ ਬਹੁਤ ਪਿਆਸਾ ਹੋਵੇ ਤੇ ਨੂੰ ਪਾਣੀ ਨਾ ਮਿਲੇ ਤੇ ਪਾਣੀ ਨਾ ਮਿਲਣ ਕਰਕੇ ਮਰ ਜਾਂਦਾ ਹੈ ਇਸੇ ਤਰ੍ਹਾਂ ਹਮੈ ਦੇ ਵਿੱਚ ਇਸ ਸੁਭਾਅ ਤੇ ਇਸੋਚ ਇਹਦੇ ਚ ਗੁਣ ਮਰ ਜਾਂਦੇ ਨੇ ਨਾਨਕ ਕਿਰਤ ਕਮਾਨ ਹੈ ਨਾਨਕ ਜੀ ਇਸ ਸੁਭਾਵਿਕ ਕਮਜ਼ੋਰੀਆਂ ਤੇ ਸੋਚਦੀਆਂ ਕਮਜ਼ੋਰੀਆਂ ਰਾਹੀਂ ਮਨ ਨੇ ਜਿੰਨੇ ਕਰਮ ਕੀਤੇ ਨੇ ਜਿੰਨੇ ਕੁਸੰਗੀ ਕਰਮ ਕੀਤੇ ਨੇ ਜਿੰਨੀਆਂ ਕੁਸੰਗੀ ਆਦਤਾਂ ਚਿੰਬੜੀਆਂ ਨੇ ਉਹਦੇ ਅੰਦਰ ਸੰਸਕਾਰ ਇਹਨੇ ਕਮਾਈ ਕੀਤੀ ਹੋਈ ਆਖੋ ਵਾਹਿਗੁਰੂ ਬੰਦਾ ਗੁਰੂ ਦੇ ਮਾਰਗ ਤੇ ਤੁਰਦਾ ਏ ਉਹਦੇ ਅੰਦਰ ਕੋਈ ਨਾ ਕੋਈ ਅਣ ਹੋਇਆ ਕਨਫਿਊਜ਼ਨ ਪੈਦਾ ਹੋ ਜਾਂਦਾ ਡਾਊਟ ਜਾਂ ਉਹਦੇ ਅੰਦਰ ਭੈ ਜਾ ਪੈਦਾ ਹੋ ਜਾਂਦਾ ਮੈਥੋ ਨਹੀਂ ਹੋਣਾ ਇਸੇ ਨੂੰ ਤੁਸੀਂ ਪ੍ਰੇਰਿਤ ਕੀਤਾ ਕਿ ਸਹਿਜ ਪਾਠ ਕਰ ਲੈ। ਤੁਹਾਡੀ ਪ੍ਰੇਰਨਾ ਵਿੱਚ ਆ ਕੇ ਉਹਨੇ ਸ਼ੁਰੂ ਕਰ ਲਿਆ। ਮੁੜ ਕੇ ਉਹਤੋ ਹੋ ਨਹੀਂ ਰਿਹਾ। ਡਰ ਰਿਹਾ। ਉਹਦੇ ਅੰਦਰ ਉਹ ਜਿਹੜਾ ਭੈ ਹੈ, ਚਿੰਤਾ ਹੈ, ਡਾਊਟ ਹੈ, ਕਹਿੰਨੀਆਂ ਚੀਜ਼ਾਂ ਹੁੰਦੀਆਂ ਨੇ। ਫੀਅਰ, ਭੈ ਡਾਊਟ, ਦੁਬਿਧਾ, ਚਿੰਤਾ, ਵਰੀ। ਉਹ ਕਿੱਥੋਂ ਪੈਦਾ ਹੋ ਰਹੀ ਹੈ? ਉਹ ਅੰਦਰ ਇਹਨੇ ਸੰਸਕਾਰਾਂ ਦੀ ਜਿਹੜੀ ਕਮਾਈ ਕੀਤੀ ਹੈ ਨਾ ਉਹਦੇ ਚ ਪੈਦਾ ਹੋ ਰਹੀ ਆਖੋ ਆਈ ਉਹ ਹਮੇ ਦਾ ਕੰਡਾ ਚੁੱਪਦਾ ਪਿਆ ਆਖੋ ਕਿਉਂਕਿ ਜਦੋਂ ਵੀ ਕੋਈ ਕੁਸੰਗ ਵਿੱਚ ਜਾਂਦਾ ਹੈ ਨਾ ਉਹਦੇ ਮਾਪੇ ਰੋਕਦੇ ਨੇ ਪੁੱਤਰਾ ਗਲਤ ਕਰ ਰਿਹਾ ਜੇ ਮਾਪੇ ਹੀ ਨਹੀਂ ਰੋਕਦੇ ਫਿਰ ਤਾਂ ਬਦਕਿਸਮਤੀ ਜੇ ਪੁੱਤਰ ਨਸ਼ਿਆਂ 'ਚ ਜਾ ਰਿਹਾ ਹੈ ਤੇ ਮਾਪੇ ਖੁਦ ਨਸ਼ੇ ਕਰ ਰਹੇ ਨੇ ਫਿਰ ਤਾ ਰੱਬ ਹੀ ਰੱਖਾ ਜੇ ਮਾਪੇ ਅੰਮ੍ਰਿਤਧਾਰੀ ਨੇ ਬੱਚਾ ਨਸ਼ਾ ਜਾਂਦਾ ਹੈ ਤੇ ਮਾਪੇ ਰੋਕਦੇ ਨਹੀਂ ਤੋਂ ਮਾਪਿਆਂ ਨੂੰ ਘਟਿਆ ਸਮਝਦਾ ਆਖੋ ਵਾਇਗਰ ਨੂੰ ਉਹਨੂੰ ਲੱਗਦਾ ਬਾਪੂ ਮੇਬੇ ਨੂੰ ਕੀ ਪਤਾ ਇਹ ਹੋਮੇ ਦਾ ਕੰਡਾ ਆਖੋ ਉਹ ਹੋਮੇ ਦੇ ਕੰਡੇ ਚ ਕੋ ਸੰਗਜਤਾ ਚਲਿਆ ਗਿਆ ਅੰਦਰ ਐਸੇ ਸੰਸਕਾਰ ਇੰਨੇ ਗਹਿਰੇ ਭਰ ਗਏ ਕਦੇ ਇਹਦੇ ਅੰਦਰ ਕਨਫਿਊਜ਼ਨ ਪੈਦਾ ਕਰ ਦੇਣਗੇ ਕਦੇ ਭੈ ਪੈਦਾ ਕਰ ਦੇਣਗੇ ਕਦੀ ਚਿੰਤਾ ਪੈਦਾ ਕਰ ਦੇਣਗੇ ਇਹਨੂੰ ਅਸਲੀ ਮਾਰਗ ਤੇ ਤੁਰ ਨਹੀਂ ਦੇਗਾ ਉਹ ਕੰਡਾ ਹੋਮੈ ਦਾ ਪੌੜੀ ੜਾੜ ੜਾੜ ਮਿਟੈ ਸੰਗ ਸਾਧੂ ਇਹ ਜਿਹੜੀ ਰੜਕ ਹੈ ਨਾ ਅੰਦਰ ਕੋ ਸੰਗੀ ਸੰਸਕਾਰ ਬੈਠੇ ਨੇ ਕਿ ਗੁਰੂ ਦੇ ਉਪਦੇਸ਼ਾਂ ਦਾ ਸੰਗ ਕਰਦਾ ਰਹੇ ਕਰਦਾ ਰਹੇ ਕਰਦਾ ਰਹੇ ਤੇਰੇ ਹੌਲੀ ਹੌਲੀ ਮਿਟਦੀ ਆ ਖਵਾਈ ਪਿੱਛੇ ਕਿਹਾ ਸੀ ਨਾ ਰਹਿਤ ਰਹਿਤ ਰਹਿ ਜਾਏ ਵਿਕਾਰਾ ਕੁਛ ਵੀ ਸਿੱਖੇ ਸੀ ਸਕੂਲ ਕਾਲਜ ਯੂਨੀਵਰਸਿਟੀ ਇੱਕ ਪ੍ਰੋਸੈਸ ਸੀ ਕੰਟੀਨਿਊ ਪ੍ਰੋਸੈਸ ਤੇ ਗੁਰੂ ਦੇ ਉਪਦੇਸ਼ ਰਾਹੀ ਸੋਚ ਸੁਭਾਵ ਨੂੰ ਪਰਚੋਲਣਾ ਇਹ ਨਿਤ ਦਾ ਪ੍ਰੋਸੈਸ ਆਖੋ ਵਾਗਿਰੂ ਹਰ ਵੇਲੇ ਸੰਗ ਸਾਧੂ ਦੇ ਅਰਥਿਕ ਗੁਰੂ ਦਾ ਸੰਗ ਗੁਰੂ ਦੇ ਉਪਦੇਸ਼ ਦਾ ਸੰਗ ਉਹਦੇ ਚ ਜਿਹੜੀ ਦਾਤ ਮਿਲਦੀ ਹੈ ਨਾ ਗੁਰੂ ਦਾ ਸੰਗ ਕਰਕੇ ਕਰਮ ਧਰਮ ਤਤ ਨਾਮ ਅਰਾਧੂ ਵਾਹਿਗੁਰੂ ਸੱਚੇ ਪਾਤਸ਼ਾਹ ਸੱਚਾ ਗਿਆਨ ਬਣ ਕੇ ਹਰ ਥਾਂ ਤੇ ਨੇ ਤੇ ਗੁਰਗ੍ਰੰਥ ਸਾਹਿਬ ਜੀ ਦੇ ਅੰਦਰ ਉਹ ਜੋ ਸੱਚਾ ਗਿਆਨ ਹੈ ਉਹਨੂੰ ਗੁਰ ਸਰੂਪ ਕਹਿੰਦੇ ਨੇ ਉਸ ਗੁਰ ਸਰੂਪ ਨੂੰ ਮੰਨਣਾ ਗਿਆਨ ਰੂਪੀ ਨਾਮ ਦੀ ਇਰਾਦਨਾ ਹੈ ਪਿਛਲੇ ਐਪੀਸੋਡ ਵਿੱਚ ਬਾ ਕਮਾਲ ਵਿਚਾਰ ਗੁਰੂ ਪਾਤਸ਼ਾਹ ਨੇ ਸਾਡੇ ਸਾਹਮਣੇ ਰੱਖੀ ਸੀ ਇਹਦੇ ਬਰਾਬਰ ਕੋਈ ਵੀ ਧਰਮ ਕਰਮ ਨਹੀਂ ਆ ਸਕਦਾ ਸਭ ਤੋਂ ਵੱਡਾ ਧਰਮ ਕਰਮ ਗੁਰੂ ਦੇ ਉਪਦੇਸ਼ ਸੋਚ ਸਬਾਅ ਤੇ ਲਾਗੂ ਕਰਕੇ ਪ੍ਰੈਕਟੀਕਲ ਜਿਉਣਾ ਆਖਵਾਇਰੋ ਇਹ ਗਿਆਨ ਰੂਪੀ ਨਾਮ ਦੀ ਇਰਾਦਨਾ ਹੈ ਇਹਦੇ ਵਿੱਚੋਂ ਸਮਝ ਪਵੇਗੀ ਰੂੜੋ ਜਹ ਬਸਿਓ ਰਿਤਮਾਹੀ ਸਭ ਤੋਂ ਸੁੰਦਰ ਸਰੂਪ ਵਾਹਿਗੁਰੂ ਜੀ ਰੂੜੋ ਰੂੜੋ ਬਹੁਤ ਸੁੰਦਰ ਉਹ ਵਾਹਿਗੁਰੂ ਜੀ ਫਿਰ ਹਿਰਦੇ ਚ ਬਸਦੇ ਨੇ ਉਹ ਆ ਕੀੜਾੜ ਮਿੱਟਤ ਬਿਨਸਾਹੀ ਫਿਰ ਅੰਦਰ ਜਿਹੜੀ ਹਮੇ ਦੀ ਰੜਕ ਹੈ ਨਾ ਇਮਿਟਦੀ ਹੈ ਡਾੜ ਕਰ ਤੇ ਸਾਕਤ ਗਵਾਰਾ ਜਿਹੜਾ ਗੁਰੂ ਦੇ ਉਪਦੇਸਾਂ ਦੇ ਉਲਟ ਸੁਭਾਅ ਹੋਇਆ ਨਾ ਗੁਰੂ ਸਾਹਿਬ ਦੇ ਉਪਦੇਸ਼ ਦੇ ਉਲਟ ਸੋਚ ਹੈ ਇਹ ਸੋਚ ਤੇ ਸੁਭਾਅ ਚੁੱਕਣ ਵਾਲਾ ਮਨ ਮੂਰਖ ਹੈ ਖੁਆਇ ਗੁਰਗਾਵਾਰਾ ਇਹ ਹੋਮੈ ਦੀ ਡੜਕ ਕਰਦਾ ਹੈ ਹੋਮੈ ਵਿੱਚ ਆਪਣੇ ਆਪ ਨੂੰ ਚੰਗਾ ਦੂਸਰਾਂ ਨੂੰ ਨੀਮਾ ਮੰਨਦਾ ਖੁਆਇ ਉਸ ਗਵਾਰ ਸਾਖਤਮੰਦੀ ਨਿਸ਼ਾਨੀ ਜੇਹ ਹੀ ਹੈ ਅਹੰਬੁੱਧ ਵਿਕਾਰਾ ਉਹਦੇ ਅੰਦਰ ਅਹੰਬੁੱਧ ਆਪਣੀ ਅਕਲ ਤੇ ਮਾਣ ਹੈ ਆਪਣੇ ਗਿਆਨ ਤੇ ਮਾਣ ਹੈ ਉਹਨੂੰ ਲੱਗਦਾ ਹੈ ਕਿ ਜੋ ਮੇਰੇ ਵਾਂਗੂ ਕਰ ਰਿਹਾ ਉਹ ਤਾਂ ਠੀਕ ਹੈ ਜਿਹੜਾ ਮੇਰੇ ਵਾਂਗੂ ਨਹੀਂ ਕਰ ਰਿਹਾ ਉਹਨੂੰ ਪਤਾ ਹੀ ਕੁਝ ਨਹੀਂ ਆਖੋ ਵਾਈਰੂ ਇਹ ਅਹੰਬੁੱਧ ਹੈ ਇਹਦੇ ਚੋਂ ਹੀ ਬਾਕੀ ਬੇਕਾਰ ਜਨਮ ਲੈਂਦੇ ਨੇ ਆਖੋ ਢਾੜ ਵਾਗਰੂ ਢਾੜਾ ਗੁਰਮੁਖ ਢਾੜ ਮਿਟਾਈ ਢਾੜਾ ਕਰ ਤੋ ਸਤਗੁਰੂ ਦੱਸ ਰਹੇ ਨੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਜਦੋਂ ਸੋਚ ਸੁਭਾਅ ਤੇ ਲਾਗੂ ਕਰ ਕਰਕੇ ਫਿਰ ਅੰਦਰੋਂ ਹੀ ਹਮੈ ਦੀ ਡਰਕ ਮਿਟਦੀ ਹੈ ਨਿਮਖ ਮਾਹੇ ਨਾਨਕ ਸਮਝਾਈ ਇਹ ਨਾਨਕ ਜੀ ਗੁਰੂ ਦਾ ਉਪਦੇਸ਼ ਮਨ ਨੂੰ ਚੰਗਾ ਲੱਗੇ ਨਾ ਇਸ ਉਪਦੇਸ਼ ਨੇ ਇੱਕ ਸੈਕਿੰਡ ਵਿੱਚ ਗੱਲ ਸਮਝਾ ਦੇਣੀ ਆਖੋ ਵਾਹਿਗੁਰੂ ਇੱਕ ਹੁੰਦਾ ਕਿ ਮੈਨੂੰ ਪਤਾ ਹੈ ਕਿ ਨਾ ਮੈਨੂੰ ਪਤਾ ਨਿੰਦਾ ਨਹੀਂ ਕਰਨੀ ਚਾਹੀਦੀ ਪਰ ਕਰੀ ਜਾ ਰਿਹਾ ਮੈਨੂੰ ਪਤਾ ਵੀ ਨਫ਼ਰਤ ਨਹੀਂ ਕਰਨੀ ਚਾਹੀਦੀ ਕਰੀ ਜਾ ਰਿਹਾ ਪਰ ਜਦੋਂ ਸਮਝ ਆ ਗਈ ਨਾ ਇੱਕ ਸੈਕਿੰਡ ਲੱਗਣਾ ਆਖੋ ਸੈ ਲੋਕ ਸਾਧੂ ਕੀ ਮਾਨੇ ਉਟ ਗਹ ਉਕਤ ਸਿਆਣਪ ਤਿਆਗ ਆਪਣੀਆਂ ਸਿਆਣਪਾਂ ਚ ਉਸ ਚਲਾਗੀਆਂ ਛੱਡ ਦੇ ਤੇ ਗੁਰੂ ਦੀ ਅਮਨਾ ਓਟ ਲੈ। ਭਾਵ ਮਨ ਗੁਰੂ ਦੇ ਉਪਦੇਸ਼ ਨੂੰ ਮੰਨਣਾ ਸ਼ੁਰੂ ਕਰ ਸੋਚ ਸਬਾਅ ਤੇ ਲਾਗੂ ਕਰ। ਗੁਰ ਦੀਖਿਆ ਜੇਹ ਮਨ ਬਸੈ ਨਾਨਕ ਮਸਤਕ ਭਾਗ ਆ ਬੜੀ ਕਮਾਲ ਦੀ ਗੱਲ ਨਿਕਲ ਰਹੀ ਹੈ ਇਹਦੇ ਵਿੱਚ। ਗੁਰ ਦੀਖਿਆ ਗੁਰ ਸਰੂਪ ਦੀ ਦਿੱਤੀ ਹੋਈ ਸਿੱਖਿਆ ਜਿਹੇ ਮਨ ਬਸੈ ਜਿਸ ਮਨ ਚ ਬਸਦੀ ਹੈ ਨਾ ਨਾਨਕ ਮਸਤਕ ਭਾਗ ਉਹਦੇ ਅੰਦਰ ਉਹ ਸੋਚ ਬਣ ਜਾਂਦੀ ਹੈ ਜਿਹੜੀ ਸੋਚ ਉੱਚੀ ਹੈ ਭਾਗ ਉੱਚੀ ਸੋਚ ਗੁਰੂ ਦਾ ਨਜ਼ਰੀਆ ਹੈ ਗੁਰੂ ਸਾਹਿਬ ਦੀ ਸੋਚ ਆਖੋ ਵਾਹਿਗੁਰੂ ਸਾਡੀ ਸੋਚ ਇਹ ਵੀ ਕੋਈ ਗੱਲ ਨਹੀਂ ਜੀ ਨਿੰਦਾ ਤਾਂ ਆਮ ਹੀ ਹੋ ਜਾਂਦੀ ਹੈ ਜੀ ਇਹ ਤਾਂ ਆਮ ਰੂਟੀਨ ਹੈ ਜੀ ਹਿਊਮਨ ਬੀਇੰਗ ਹੈ ਜੀ ਹਿਊਮਨ ਨੇਚਰ ਹੈ ਜੀ ਅਡੀ ਸੋਚੈ ਨਾ ਸਾਡਾ ਨਜ਼ਰੀਆ ਹੈ ਨਾ ਗੁਰੂ ਦਾ ਨਜ਼ਰੀਆ ਨਹੀਂ ਹੈ ਗੁਰੂ ਸਾਹਿਬ ਕਹਿੰਦੇ ਨਹੀਂ ਇਹ ਨਿੰਦਾ ਭਲੀ ਕਿਸੇ ਕਿ ਨਾਹੀ ਮਨ ਮੁਕਮੁਗਦ ਕਰਾਨ ਇਸ ਲਈ ਗੁਰੂ ਦਾ ਨਜ਼ਰੀਆ ਜਿਹਨੂੰ ਸਮਝ ਆ ਗਿਆ ਨਾ ਮਸਤਕ ਦੇ ਭਾਗ ਹੈ ਕਦੋਂ ਗੁਰੂ ਦੀਖਿਆ ਗੁਰੂ ਦੀ ਦਿੱਤੀ ਹੋਈ ਸਿੱਖਿਆ ਜੇ ਮਨ ਬਸੈ ਮਨ ਵਿੱਚ ਚੰਗੀ ਲੱਗੇ ਤੇ ਮਨ ਮੰਨਣ ਤੁਰ ਪਵੇ ਪਉੜੀ ਸਤਸਾ ਸ਼ਰਨ ਪਰੇ ਅਭਾਰੇ ਸਸਾ ਕਰ ਤੋਂ ਸਿਖਾ ਰਹੇ ਨੇ ਜਿਹੜੇ ਸ਼ਰਨ ਪੈਂਦੇ ਨੇ ਪੂਰੀ ਸਰੈਂਡਰ ਹੁੰਦੇ ਨੇ ਗੁਰੂ ਦੇ ਉਪਦੇਸਾਂ ਨੂੰ ਰੱਬ ਦੇ ਉਪਦੇਸਾਂ ਨੂੰ ਮੰਨਦੇ ਨੇ ਮਨ ਕਰਕੇ ਬਚਨ ਕਰਕੇ ਕਰਮਾਂ ਕਰਕੇ ਪਿੱਛੇ ਇਹ ਗੱਲ ਸਾਨੂੰ ਸਿਖਾਈ ਗਈ ਹੈ ਪਿਛਲੇ ਐਪੀਸੋਡ ਵਿੱਚ ਜਿਹੜੇ ਸ਼ਰਨ ਪੈਂਦੇ ਨੇ ਕਦੋਂ ਪੈਂਦੇ ਨੇ ਜਦੋਂ ਮਨ ਇਹ ਸਾਰਾ ਕੁਝ ਕਰਕੇ ਹਾਰ ਜਾਂਦਾ ਇਹਨੂੰ ਪਤਾ ਹੈ ਕਿ ਮੈਂ ਸਭ ਕੁਝ ਕਰਕੇ ਦੇਖ ਲਿਆ ਮੇਰੀ ਆਤ ਨਹੀਂ ਬਦਲਨੀ ਮੇਰੇ ਸੋਚ ਨਹੀਂ ਬਦਲਦੀ। ਸ਼ਾਸਤਰ, ਸਿਮਰਤ, ਵੇਦ ਪੁਕਾਰੇ ਫਿਰ ਸਮਝ ਲੱਗੀ ਕਿ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਸਿਮਰਤियां, ਸ਼ਾਸਤਰ, ਵੇਦ ਆਦਿਕ ਜਿੰਨੇ ਧਾਰਮਿਕ ਗ੍ਰੰਥ ਨੇ ਉਹ ਸਾਰੇ ਇੱਕ ਗੱਲ ਕਹਿ ਰਹੇ ਨੇ ਸੋਧਤ ਸੋਧਤ ਸੋਧ ਵਿਚਾਰਾ ਹੁਣ ਉਹਨੂੰ ਪੁਕਾਰਨ ਵਾਲੇ ਤਾਂ ਬਹੁਤ ਨੇ ਧਾਰਮਿਕ ਗ੍ਰੰਥਾਂ ਨੂੰ ਜ਼ੁਬਾਨ ਨਾਲ ਬੋਲਣ ਵਾਲੇ ਤਾਂ ਬਹੁਤ ਨੇ ਪਰ ਜਿਨ੍ਹਾਂ ਨੇ ਸੋਧਤ ਸੋਧਤ ਸੋਧ ਵਿਚਾਰਾ ਜਿਨ੍ਹਾਂ ਨੇ ਉਹ ਉਪਦੇਸ਼ਾਂ ਦੀ ਵਿਚਾਰ ਕਰ ਕਰਕੇ ਆਪਣੇ ਸੁਭਾਅ ਉਹ ਤੇ ਸੋਚ ਨੂੰ ਸੋਧਿਆ ਸੋਧਣ ਲੱਗੇ ਸਮਾਰਨ ਲੱਗੇ ਉਹਨਾਂ ਨੂੰ ਸਮਝ ਪਈ ਬਿਨ ਹਰ ਭਜਨ ਨਹੀਂ छुटਕਾਰਾ ਰੱਬੀ ਗਿਆਨ ਦਾ ਭਜਨ ਰੱਬੀ ਗਿਆਨ ਨੂੰ ਮੰਨਣਾ ਹੁੰਦਾ ਹੈ ਆਖੋ ਗੁਰੂ ਦੇ ਉਪਦੇਸ਼ਾਂ ਨੂੰ ਮੰਨਣਾ ਗੁਰੂ ਦੀ ਬੰਦਗੀ ਹੁੰਦੀ ਹੈ ਬੰਦੇ ਸੇਜੇ ਪਵਾਂ ਵਿੱਚ ਬੰਦੀ ਦੇਖਣ ਕਉ ਦੀਦਾਰ ਬੰਦੀ ਲਿਮਿਟ ਮਰਿਆਦਾ ਕਿਰੂ ਦੇਪਦੇਸ਼ਾਂ ਦੇ ਦਾਇਰੇ ਵਿੱਚ ਤੋਂ ਭਜਨ ਹੈ ਤੁਹਾਨੂੰ ਬੰਦਗੀ ਕਹਿੰਦੇ ਨੇ ਸੁਪਦੇਸ਼ਾਂ ਨੂੰ ਮੰਨ ਕੇ ਸੋਚ ਸੁਭਾਅ ਦੀਆਂ ਆਤਾਂ ਤੋਂ ਛੁਟਕਾਰਾ ਮਿਲਦਾ ਹੈ ਸਾਹ ਸਾਸ ਹਮ ਭੁੱਲਣ ਹਾਰੇ ਕਿਉਂਕਿ ਅਸੀਂ ਆਪਾਂ ਹਮ ਹਰ ਸਵਾਸ ਭੁੱਲਣ ਹਾਰੇ ਹਾਂ ਬੁੱਲ ਰਹੇ ਹਾਂ ਕਿਉਂਕਿ ਸੁਭਾਉ ਸੋਚ ਦੀਆਂ ਤਾਂ ਪੱਕੀਆਂ ਹੋਈਆਂ ਨੇ ਤੁਮ ਸਮਰੱਥ ਅਗੰਤ ਅਪਾਰੇ ਹੈ ਵਾਿਗੁਰੂ ਜੀ ਤੁਸੀਂ ਸਰਬ ਸਮਰੱਥ ਸਾਡਾ ਸੁਭਾਉ ਬਦਲਣ ਵਾਲੇ ਹੋ ਜੇ ਤੁਸੀਂ ਪ੍ਰਕਿਰਿਆਸਸ ਦੱਸਦੇ ਹੋ ਗੁਰੂ ਦੇ ਉਪਦੇਸ਼ ਰਾਹੀਂ ਬਦਲਦਾ ਤੁਸੀਂ ਬਿਆਨਤ ਹੋ ਅਗੰਤ ਅਪਾਰ ਤੁਹਾਡਾ ਭੇਦ ਨਹੀਂ ਕੋਈ ਪਾ ਸਕਦਾ ਸ਼ਰਨ ਪਰੇ ਕੀ ਰੱਖ ਦਿਆਲਾ ਤੇ ਵਾਿਗੁਰੂ ਜੀ ਜਿਹੜੇ ਤੁਹਾਨੂੰ ਸਮਰਪਿਤ ਹੋ ਜਾਂਦੇ ਨੇ ਕੁਸੀ ਉਨਤੇ ਦਇਆ ਕਰਦੇ ਹੁੰਦਾ ਹੈ ਆਲੂ ਹੂੰ ਦਇਆਲਾ ਉਹਨਾਂ ਦੀ ਰੱਖਿਆ ਕਰਦੇ ਹੋਂ ਉਹਨਾਂ ਆਦਤਾਂ ਤੋਂ ਬਚਾ ਲੈਂਦੇ ਹੋਂ ਨਾਨਕ ਤੁਮਰੇ ਬਾਲ ਗੋਪਾਲਾ ਅੰਦਰੇ ਭਾਵਨਾ ਹੋਵੇ ਵਾਹਿਗੁਰੂ ਜੀ ਨਾਨਕ ਸ਼ਬਦ ਵਰਤ ਕੇ ਇਹ ਨਾਨਕ ਜੀ ਇਹ ਵਾਹਿਗੁਰੂ ਜੀ ਅਸੀਂ ਤੁਹਾਡੇ ਬੱਚੇ ਹਾਂ ਇਹ ਗੋਪਾਲਾ ਧਰਤੀ ਦੇ ਪਾਲਣ ਵਾਹਿਗੁਰੂ ਜੀ ਪਾਲਣ ਹਾਰ ਵਾਹਿਗੁਰੂ ਜੀਓ ਤੁਮਰੇ ਬਾਲਾ ਤੁਹਾਡੇ ਬੱਚੇ ਹਾਂ ਅਣਜਾਣ ਹਾਂ ਸਲੋਕ ਖੁਦੀ ਮਿਟੀ ਤਵ ਸੁਖ ਭਏ ਮਨ ਤਨ ਭਏ ਅਰੋਗ ਖੁਦੀ ਖੁਦ ਹਾਂ ਮੈਂ ਹਾਂ ਸੁਭਾਅ ਨੂੰ ਪਰਫੈਕਟ ਮੰਨਣਾ ਸੋਚ ਨੂੰ ਪਰਫੈਕਟ ਮੰਨਣਾ ਸਭ ਕੁਝ ਨੂੰ ਆਪਣੇ ਸੁਭਾਅ ਦੇ ਚਰੋਖੇ ਵਿੱਚੋਂ ਦੀ ਪਰਖਣਾ ਹਰ ਇੱਕ ਨੂੰ ਆਪਣੀ ਸੋਚ ਵਿੱਚੋਂ ਦੀ ਪਰਖਣਾ ਜਿਹੜਾ ਸੋਚ ਸੁਭਾਅ ਦੇ ਫਿੱਟ ਨਹੀਂ ਆਇਆ ਉਹਨੂੰ ਘਟਿਆ ਜਾਂ ਸਮਝ ਕੇ ਬਸ ਅੰਦਰ ਕੁੰਡੀ ਇਹੀ ਤੇ ਰੜਕਾ ਖ ਵਾਹਿਗੁਰੂ ਇਹ ਤੇ ਹਉਮੈ ਦੇ ਕੰਡੇ ਦੀ ਰੜਕ ਹੈ ਇਹ ਹੀ ਤੇ ਖੁਦੀ ਹੈ ਜਦੋਂ ਇਹ ਮਿਟ ਗਈ ਨਾ ਸਭ ਸੁਖ ਪਏ ਫਿਰ ਆਤਮਿਕ ਸੁਖ ਹੁੰਦਾ ਹੈ ਮਨ ਤਨ ਪਏ ਰੋਗ ਫਿਰ ਜਿਹੜੀਆਂ ਆਤਾਂ ਦੇ ਵਿੱਚ ਸੁਭਾਅ ਸੋਚ ਦੇ ਵਿੱਚ ਨਿੰਦਾ ਨਫ਼ਰਤ ਧੜੇ ਬੰਦੀਆਂ ਦੀ ਏਕ ਰੜਕ ਬੈਠੀ ਹੈ ਨਾ ਤੇ ਰੋਗ ਦੂਰ ਹੁੰਦਾ ਖ ਵਾਹਿਗੁਰੂ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨਯੋਗ ਫਿਰ ਜਿਹਦੀ ਸਿਪਸਲਾਗਾ ਕਰਨੀ ਬਣਦੀ ਹੈ ਉਸਤਤ ਕਰਨਯੋਗ ਜੇ ਵਡਿਆਈ ਸਿਪਸਲਾਗਾ ਕਰਨੀ ਹੈ ਰੱਬ ਦੀ ਕਰਨੀ ਯੋਗ ਆਖੋਈ ਉਹਨਾਂ ਦੀ ਬਣਦੀ ਹੈ ਤੇ ਫਿਰ ਹਰ ਥਾਂ ਤੇ ਵਾਹਿਗੁਰੂ ਜੀ ਸੱਚਾ ਗਿਆਨ ਗੁਣ ਤੇ ਨਿਜ਼ਮਾ ਦੇ ਰੂਪ ਵਿੱਚ ਸ਼ਕਤੀਆਂ ਦੇ ਰੂਪ ਵਿੱਚ ਦ੍ਰਿਸ਼ਟੀ ਆਇਆ ਅਮਨੇ ਦੀਦਾਰ ਹੋ ਗਏ ਮਹਿਸੂਸ ਹੁੰਦਾ ਆਖੋਈ ਭੌੜੀ ਅੱਖਾ ਖਰਾਸਰਾ ਹੋਂ ਤਾ ਹੂੰ ਅੱਖਾ ਅਖਰ ਤੋਂ ਸਿਖਾ ਰਹੇ ਨੇ ਗੁਰਵਰਧਨ ਦੇਵ ਪਾਤਸ਼ਾਹ ਜੀ ਇਸ 49ਵੀਂ ਪੌੜੀ ਦੇ ਵਿੱਚ 49ਵੀਂ ਪੌੜੀ ਦੇ ਵਿੱਚ ਖਰਾਸਰਾ ਹੋਂ ਰੱਬ ਦੀ ਚੰਗੀ ਤਰ੍ਹਾਂ ਹਰ ਵੇਲੇ ਡਿਸਕਸ਼ਨ ਕਰਨੀ ਚਾਹੀਦੀ ਹੈ ਜੋ ਖਿੰਨ ਮਹਿ ਹੂੰ ਨੇ ਸਵਰਪਰਾ ਹੂੰ ਜਦੋਂ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਨਾ ਗੁਰੂ ਦੇ ਉਪਦੇਸ਼ ਦੀ ਛੋਟ ਮਨ ਨੂੰ ਵੱਜਦੀ ਹੈ ਸੁਭਾਅ ਨੂੰ ਸੋਚ ਨੂੰ ਵੱਜਦੀ ਹੈ ਮਹਿਸੂਸ ਹੁੰਦਾ ਸੱਚੀ ਮੇਰੇ ਚ ਕਮਜ਼ੋਰੀਆਂ ਨੇ ਸੱਚੀ ਮੇਰਾ ਸੁਭਾਅ ਮੇਰੀ ਸੋਚ ਬਦਲਣ ਵਾਲੀ ਹੈ ਤੇ ਫਿਰ ਇੱਕ ਛਿੰਨ ਦੇ ਵਿੱਚ ਜਦੋਂ ਛੋਟ ਵੱਜਦੀ ਨਾ ਸਫਰ ਭਰਾ ਹੂੰ ਇਹਨੂੰ ਨੱਕੋ ਨੱਕ ਗੁਣਾ ਨਾਲ ਪਰ ਦਿੰਦੇ ਨੇ ਸੁਭਾਅ ਉਤੇ ਸੋਚ ਨੂੰ ਸੁਭਾਅ ਚੰਗੀ ਤਰ੍ਹਾਂ ਲੱਭ ਲੱਭ ਨੱਕੋ ਨੱਕ ਪਰ ਦਿੰਦੇ ਨੇ ਭਰਾ ਹੂੰ ਭਰਨ ਵਾਲਾ ਸੀ ਇਹ ਖਰਾ ਨਿਮਾਨਾ ਹੋਤ ਪ੍ਰਾਨੀ। ਅਤਿਅੰਤ ਨਿਮਰਤਾ ਵਿੱਚ ਖਰਾ ਨਿਮਾਨਾ। ਖਰਾ ਹੁੰਦਾ ਚੰਗਾ ਬਹੁਤਾ। ਅਤਿਅੰਤ ਨਿਮਰਤਾ ਵਿੱਚ। ਕੋ ਪ੍ਰਾਨੀ ਜਿਉਂਦਾ ਆਪਣੇ ਸੁਭਾਅ ਨੂੰ ਆਪਣੀ ਸੋਚ ਨੂੰ ਸਾਰਿਆਂ ਤੋਂ ਨੀਮਾ ਸਮਝ ਕੇ ਹਰ ਇੱਕ ਵਿੱਚੋਂ ਗੁਣ ਦੇਖਦਾ ਹੈ। ਜਿਹਦਾ ਮਤਲਬ ਇਹ ਨਹੀਂ ਹੈ ਕਿ ਆਤਮਹੀਣਤਾ ਦਾ ਸ਼ਕਾਰ ਨਹੀਂ ਹੁੰਦਾ। ਇੰਫੀਰੀਟੀ ਕੰਪਲੈਕਸ ਵਿੱਚ ਨਹੀਂ। ਸਗੋਂ ਇਹ ਸੋਚ ਕੇ ਕਿ ਮੇਰੇ 'ਚ ਔਗਣ ਹਰ ਇੱਕ ਵਿੱਚ ਰੱਬ ਗੁਣ ਬਣ ਕੇ ਬੈਠਾ ਹੈ ਹਰ ਇੱਕ ਦੇ ਗੁਣਾ ਨੂੰ ਫੋਕਸ ਕਰਦਾ ਹੈ ਆਨੰਦ ਇਹਨਾਂ Jap pai Prabh Nirvani ਫਿਰ ਪ੍ਰਭੂ ਵਾਹਿਗੁਰੂ ਜੀ ਨਿਰਵਾਨੀ ਜੋ ਨਰਲੇਪ ਨੇ ਨਾ ਉਹਨਾਂ ਨੂੰ ਦਿਨ ਰਾਤ ਜਪਦਾ ਹੈ ਤੇ Jap pai ਦੇਖਦਾ ਹੈ ਸੱਚੇ ਗਿਆਨ ਦੇ ਰੂਪ ਵਿੱਚ ਗੁਣਾ ਦੇ ਰੂਪ ਵਿੱਚ ਨਿਜ਼ਮ ਦੇ ਰੂਪ ਵਿੱਚ ਸ਼ਕਤੀਆਂ ਦੇ ਰੂਪ ਵਿੱਚ ਮਹਿਸੂਸ ਕਰਦਾ ਹੈ ਵਾਹਿਗੁਰੂ ਜੀ ਨੂੰ ਅੰਗ ਸੰਗ ਭਾਵ ਹੈ ਖਸਮ ਤਾਂ ਉਹ ਆ ਸੁਖ ਦੇਤਾ ਉਕੇ ਨਿਜ਼ਮ ਹੈ ਜੀ ਦਾ ਸੋਚ ਤੇ ਸੁਭਾਅ ਰੱਬ ਦੇ ਨਿਜ਼ਮ ਅਨਸਾਰ ਹੈ ਰੱਬ ਨੂੰ ਬੜਾ ਚੰਗਾ ਲੱਗਦਾ ਜੀ ਦੀ ਸੋਚ ਤੇ ਸੁਭਾਅ ਗੁਰੂ ਦੇ ਉਪਦੇਸ਼ ਅਨਸਾਰ ਹੈ ਗੁਰੂ ਨੂੰ ਬੜੀ ਚੰਗੀ ਲੱਗਦੀ ਉਹਨਾਂ ਨੂੰ ਫਿਰ ਆਤਮਿਕ ਸੁਖ ਦੀ ਦਾਤ ਦਿੰਦੇ ਨੇ ਬਾਰ ਬ੍ਰਹਮ ਐਸੋ ਅਗਨਤਾ ਇਸ ਤਰ੍ਹਾਂ ਦੇ ਨੇ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਅਗਨਤਾ ਬਿਆਨਤ ਨਹੀਂ ਗਿਣਤੀ ਤੋਂ ਰਹਿਤ ਤਸੰਖ ਖਤੇ ਖੇਨ ਬਖਸ਼ਣ ਹਾਰਾ ਸਾਡੇ ਅੰਦਰ ਇੱਕ ਨਹੀਂ ਦੋ ਨਹੀਂ ਸੋਚ ਸੁਭਾਅ ਦੇ ਵਿੱਚ ਅਸੰਖ ਅਣਗਿਣਤ ਕਮਜ਼ੋਰੀਆਂ ਨੇ ਖਿੰਖਿੰਤ ਅਸੀਂ ਭੁੱਲਾਂ ਕਰਦੇ ਆ ਵਾਹਿਗੁਰੂ ਜੀ ਬਖਸ਼ਣ ਹਾਰ ਨੇ ਬਖਸ਼ਣ ਦੇ ਨੇ ਸਾ ਰਿਸ਼ਤਿਆਂ ਵਿੱਚ ਸ਼ਰੀਕੇ ਵਿੱਚ ਪਰਿਵਾਰ ਵਿੱਚ ਇੱਕ ਛੋਟੀ ਜੀ ਭੁੱਲ ਕਿਸੇ ਤੋਂ ਹੋ ਜੇ ਨਾ ਸਾਰੀ ਜ਼ਿੰਦਗੀ ਦੀ ਉਹਨੂੰ ਭਲਾਉਂਦੇ ਬੰਦੇ ਦੇ ਅੰਦਰ ਰੜਕ ਪੈਦਾ ਹੋ ਜਾਂਦੀ ਹੈ ਇੱਕ ਕਮਜ਼ੋਰੀ ਦੇਖ ਕੇ ਉਦੇ ਸਾਰੇ ਚੰਗੇ ਗੁਣਾਂ ਨੂੰ ਉਹਦੀਆਂ ਸਾਰੀਆਂ ਚੰਗਿਆਈਆਂ ਨੂੰ ਬੰਦਾ ਇੱਕ ਪਾਸੇ ਰੱਖ ਦਿੰਦਾ ਛੋਟੀ ਜੀ ਭੁੱਲ ਨੂੰ ਅੰਦਰ ਰੜਕ ਬਣਾ ਲੈਂਦਾ ਛੇ ਦੇਹੀ ਕਾਰਨ ਹੈ ਕਿ ਚੰਗੇ ਬੰਦਿਆਂ ਦੀ ਪਰਪਕਾਰੀ ਬੰਦਿਆਂ ਦੀ ਚੰਗੇ ਕਰਮ ਕਰਨ ਵਾਲਿਆਂ ਦੀ ਫਰਕ ਨਹੀਂ ਤੇ ਕਦਰ ਨਹੀਂ ਇਸ ਤਰ੍ਹਾਂ ਦੀ ਸੋਚ ਨਾਲ ਕਦੀ ਫਰਕ ਹੋ ਨਹੀਂ ਸਕੇਗੀ ਕਦਰ ਹੋ ਨਹੀਂ ਸਕੇਗੀ ਚੰਗੇ ਬੰਦੇ ਹਮੇਸ਼ਾ ਰੁੱਲਦੇ ਨੇ ਤੇ ਬੁਰੇ ਹਮੇਸ਼ਾ ਤੱਕੇ ਛਾਈਆਂ ਜ਼ਬਰ ਜ਼ੁਲਮ ਕਰਦੇ ਨੇ ਘਰਾਂ ਵਿੱਚ ਵੀ ਹੋ ਰਿਹਾ ਖਵਾ ਰਮ ਵਿੱਚ ਵੀ ਹੋ ਰਿਹਾ ਹੈ ਇਹੋ ਚੰਗੀ ਸੋਚ ਨੂੰ ਦੇ ਰੂਪ ਵਿੱਚ ਹੋਵੇ ਤੇ ਪੁੱਤਰ ਦੇ ਰੂਪ ਵਿੱਚ ਹੋਵੇ ਤੇ ਸੱਸ ਸਹੁਰੇ ਦੇ ਰੂਪ ਵਿੱਚ ਹੋਵੇ ਚੰਗੀ ਸੋਚ ਵਾਲੇ ਨੂੰ ਦਬਾਇਆ ਜਾਂਦਾ ਹੈ ਠੱਗਾ ਕੀਤਾ ਜਾਂਦਾ ਹੈ ਜ਼ੁਲਮ ਕੀਤਾ ਜਾਂਦਾ ਉਹਦੀ ਚੰਗੀ ਸੋਚ ਉਹਦੇ ਟੈਲੈਂਟ ਨੂੰ ਪਛਾਣਿਆ ਨਹੀਂ ਜਾਂਦਾ ਇਹ ਗਰਾਉਂਡ ਰਿਐਲਿਟੀਜ਼ ਨੇ ਤਕੀਕੀ ਸਚਾਈਆਂ ਨੇ ਜੋ ਵਰਤ ਰਹੀਆਂ ਨੇ ਇਹ ਤੋਂ ਬਚਨ ਦਾ ਤਰੀਕਾ ਇੱਕੋ ਹੀ ਹੈ ਆਪਣੇ ਆਪ ਨੂੰ ਸਪਰਚੋਲਣਾ ਸ਼ੁਰੂ ਕਰਨਾ ਪਵੇਗਾ ਖਿੰ ਖਿੰ ਤੇ ਭੁੱਲਾਂ ਕਰਦੇ ਹਾਂ ਅਸੀਂ ਹਰ ਛੇਨ ਹਰ ਕੋਈ ਭੁੱਲਣ ਹਾਰ ਹੈ ਨਾਨਕ ਸਾਹਿਬ ਸਦਾ ਦਇਆਰਾ ਮਾਲਕ ਨੇ ਸਦਾ ਦਿਆਲੂ ਨੇ ਪਰਿਵਾਰਕ ਮੈਂਬਰ ਇੱਕ ਭੁੱਲ ਨੂੰ ساری ਜ਼ਿੰਦਗੀ ਭੁੱਲਦੇ ਨਹੀਂ ਸ਼ਰੀਕਾ ਨਹੀਂ ਭੁੱਲਦਾ ਮਿੱਤਰ ਨਹੀਂ ਭੁੱਲਦੇ ਅੰਦਰ ਰੜਕ ਪੈਦਾ ਹੁੰਦੀ ਵਾਹਿਗੁਰੂ ਸੱਚੇ ਪਾਤਸ਼ਾਹ ਭੁਲਾਨੀ ਚਿਤਾਰ ਦੇ ਉਹ ਨਿਤ ਗੁਰੂ ਦੇ ਉਪਦੇਸ਼ ਰਾਹੀਂ ਇਨ੍ਹਾਂ ਭੁਲਾਨੀਆਂ ਆਤਾਂ ਨੂੰ ਸੰਵਾਰਨਾ ਸਿਖਾਉਂਦੇ ਨੇ ਆਖ ਵਾਹਿਗੁਰੂ ਸਲੋਕ ਸਤ ਕਹੋ ਸੁਨ ਮਨ ਮੇਰੇ ਸ਼ਰਨ ਪਰ ਹਰ ਰਾਇ ਐ ਮਨਾ ਸੱਚੀ ਗੱਲ ਕਹਿ ਰਿਹਾ ਸੁਣ ਐ ਮੇਰੇ ਮਨਾ ਵਾਹਿਗੁਰੂ ਜੀ ਨੂੰ ਸਮਰਪਿਤ ਹੋ ਕੇ ਜੀਵਨ ਜਿਓ ਆਤਮ ਸਮਰਪਿਤ ਦੀ ਭਾਵਨਾ ਨਾਲ ਜੀਵਨ ਜਿਓ ਰੱਬੀ ਉਪਦੇਸ਼ ਨੂੰ ਸਮਰਪਿਤ ਹੋ ਜਾ ਰੱਬ ਦੇ ਗੁਣਾਂ ਨੂੰ ਸਰੈਂਡਰ ਹੋ ਜਾ ਰੱਬ ਦੇ ਨਿਜ਼ਮ ਨੂੰ ਫੋਲੋ ਕਰ ਕਿਉਂਕਿ ਰੱਬ ਦਾ ਰਾਜ ਚੱਲਦਾ ਹੈ ਹਰ ਰਾਏ ਉਹਦੇ ਨਿਜ਼ਮ ਤੋਂ ਬਾਹਰ ਪਤਾ ਵੀ ਨਹੀਂ ਚੱਲ ਸਕਦਾ ਕੋਕਤ ਸਿਆਣਪ ਸਗਲ त्याਗ ਨਾਨਕ ਲੈ ਸਮਾਏ ਪਹਿਲਾਂ ਤੇ ਆਪਣੀ ਚੁਸਤ ਚਲਾਕੀ ਦੀਆਂ ਯੁਕਤੀਆਂ ਛੱਡ ਦੇ ਕੋਕਤ ਚੁਸਤ ਚਲਾਕੀਆਂ اپنی ਸਿਆਣਪ ਛੱਡ ਦੇ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਗੁਰੂ ਦੇ ਉਪਦੇਸ਼ਾਂ ਰਾਹੀ ਫਿਰ ਤੈਨੂੰ ਐਸੀ ਬਖਸ਼ਿਸ਼ ਦਿੰਦੇ ਨੇ ਕਿ ਮਨ ਸਮਾਇਆ ਰਹਿੰਦਾ ਉਸ ਵਿੱਚ ਪੌੜੀ ਸੱਸਾ ਸਿਆਣਪ ਛੱਡ ਏ ਆਨਾ ਐ ਮਨਾ ਸੱਸਾ ਅਕਰ ਤੋਂ ਸਿਖਾਰੇ ਨੇ ਮਨਾ ਸਿਆਣਪਾਂ ਛੱਡ ਦੇ ਚੁਸਤ ਚਲਾਕੀਆਂ ਛੱਡ ਦੇ ਇਹ ਚੁਸਤ ਚਲਾਕੀਆਂ ਜ਼ਿੰਦਗੀ ਦੇ ਹਰ ਹਾਲਾਤ ਵਿੱਚ ਨਹੀਂ ਨਿਭਦੀਆਂ ਗੁਰੂ ਦਾ ਗਿਆਨ ਨਿਭਦਾ ਕੋਈ ਗੁਰੂ ਗੁਰ ਗਿਆਨ ਰੱਬ ਦਾ ਰੂਪ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਹਰ ਵਰਤਾਰੇ ਵਿੱਚ ਗੁਰ ਗਿਆਨ ਦੇ ਰੂਪ ਵਿੱਚ ਦਿਦਾਰ ਦਿੰਦੇ ਨੇ ਉਹ ਨਾਲ ਨਿਵਦਾ ਹੈ ਸਿਆਣਪਾਨੀ ਹਕਮਤ ਹੁਕਮ ਨਾ ਪ੍ਰਭੂ ਪਤੀ ਆਨਾ ਦੋ ਕਮਜ਼ੋਰੀਆਂ ਨੇ ਸੁਭਾਅ ਵਿੱਚ ਹਕਮਤ ਹਕਮਤ ਹੁੰਦਾ ਚਸ ਚਲਾਕੀ ਆਪਣਾ ਸਵਾਰਥ ਆਪਣਾ ਹਿੱਤ ਪੂਰਾ ਕਰਨ ਵਾਸਤੇ ਚ ਉਸ ਚਲਾਕੀ ਵਰਤਣੀ ਹੁਕਮ ਹੁੰਦਾ ਦੂਸਰੇ ਤੇ ਹੁਕਮ ਚਲਾਉਣਾ ਦੂਸਰਾ ਮੇਰੇ ਅਨਸਾਰ ਚੱਲੇ ਇਹ ਦੋਨੋਂ ਹੀ ਵਾਹਿਗੁਰੂ ਜੀ ਨੂੰ ਨਹੀਂ ਚੰਗੀਆਂ ਲੱਗਦੀਆਂ ਤੇ ਵਾਹਿਗੁਰੂ ਦੇ ਵਿੱਚ ਮਨ ਨਹੀਂ ਤੇ ਰੱਬ ਤੀਜੇਗਾ ਰੱਬ ਦੇ ਮਾਰਗ ਤੇ ਮਨ ਤੁਰ ਨਹੀਂ ਸਕੇਗਾ ਸਹਸ ਭਾਂਤ ਕਰਹ ਚਤੁਰਾਈ ਐਮਨ ਤੂੰ ਬਹੁਤ ਤਰੀਕਿਆਂ ਨਾਲ अनेका ਤਰੀਕਿਆਂ ਨਾਲ ਉਸ ਚਲਾਕੀਆਂ ਵਰਤਦਾ ਹੈ ਪੈਸਾ ਕਮਾਉਣਾ ਤੇਰੇ ਅੰਦਰ ਮੁੱਖ ਫੋਕਸ ਹੈ। ਚੁਸਤ ਇਲਕੀਆਂ ਵਰਤ ਰਿਹਾ ਪੈਸੇ ਕਮਾਉਣ ਲਈ। ਦੁਨਿਆਵੀ ਪ੍ਰਾਪਤੀਆਂ ਦੀ ਚੁਸਤ ਇਲਕੀਆਂ ਵਰਤ ਰਿਹਾ। ਚੁਸਤ ਇਲਕੀਆਂ ਦੇ ਕਾਰਨ ਬੰਦਾ ਘਰ ਦੇ ਵਿੱਚ ਵੀ ਨਰਕ ਸਹੇੜ ਲੈਂਦਾ ਆਖੋ। ਚੁਸਤ ਚਲਾਕ ਮਨ, ਚੁਸਤ ਚਲਾਕ ਸੋਚ ਘਰ ਵਿੱਚ ਇਕਤਾਨੀ ਪੈਦਾ ਕਰ ਸਕਦੀ। ਨਰਕ ਬਣਾ ਲਏਗੀ। ਜ਼ਿੰਦਗੀ ਦੀ ਬਾਜ਼ੀ ਸਾਰੀ ਜਿਸ ਪਾਸੇ ਲਾਏਗੀ ਇੱਕ ਦਿਨ ਪਤਾ ਲੱਗੇਗਾ ਪਛਤਾਵਿਆਂ ਬਿਨਾ ਪੱਲੇ ਕੱਖ ਨਹੀਂ ਆਖੋਆ ਸੰਗਤ ਹਾਰ ਏਕ ਨਾ ਜਾਈ ਇੱਚ ਉਸ ਚਲਾਕੀਆਂ ਵਿੱਚੋਂ ਇੱਕ ਵੀ ਤੇਰੇ ਨਾਲ ਕੁਝ ਹਾਲਾਤ ਜ਼ਿੰਦਗੀ ਦੇ ਐਸੇ ਨੇ ਉੱਥੇ ਮਦਦਗਾਰ ਨਹੀਂ ਹੋਏਗੀ ਮਰਨ ਤੋਂ ਬਾਅਦ ਤੇ ਇਨ੍ਹਾਂ ਚੁਸਤ ਇਲਾਕੀਆਂ ਨੇ ਨਾਲ ਕੀ ਜਾਣਾ ਜਿਉਂਦੇ ਜੀ ਵੀ ਜਿੱਥੇ ਕ੍ਰਿਟੀਕਲ ਹਾਲਾਤ ਆ ਗਏ ਨਾ ਇਹਨੇ ਨਾਲ ਨਹੀਂ ਨਿਭਣਾ ਆਖੋਆ ਸੋ ਸੋ ਜਪ ਦਿਨ ਰਾਤੀ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਦਿਨ ਰਾਤ ਜਪ ਸਮਰਪਿਤ ਹੋ ਜਾ। ਖੁਦੀ ਪਹਿ ਭਾਵਨੀ ਸ਼ੁਕਰਾਨੇ ਵਿੱਚ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ ਸਿੱਖ। ਉਹਦੇ ਰੱਬੀ ਉਪਦੇਸ਼ ਨੂੰ ਸੋਚ ਸਭਾਉ ਤੇ ਲਾਗੂ ਕਰਕੇ ਪ੍ਰੈਕਟੀਕਲ ਜਿਉਣਾ ਸਿੱਖ। ਇਹ ਜਪਣਾ ਹੈ। ਰੇ ਜੀ ਚੱਲੇ ਤੁਹਾਰਾ ਸਾਥੀ ਇਹ ਤੇਰਾ ਸੱਚਾ ਸਾਥੀ ਹੈ। ਹਰ ਕ੍ਰਿਟੀਕਲ ਹਾਲਾਤ ਵਿੱਚ ਇਹਨੇ ਤੇਰੇ ਨਾਲ ਨਿਭਣਾ ਆਖੋ ਵਾਹਿਗੁਰੂ ਤੇਰੇ ਮਦਦਗਾਰ ਬਣਨਾ ਹੈ ਸਾਧ ਸੇਵਾਲਾ ਵਹਿ ਜਿਹ ਆਪੈ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਜਦੋਂ ਬਖਸ਼ਿਸ਼ ਹੁੰਦੀ ਨਾ ਫਿਰ ਉਹ ਗੁਰੂ ਦੀ ਸੇਵਾ ਤੇ ਲੱਗਦੇ ਨੇ ਆਖੋ ਗੁਰੂ ਦੀ ਸੇਵਾ ਇੱਕ ਤਾਂ ਗੁਰੂ ਦਾ ਹੁਕਮ ਮੰਨਣਾ ਗੁਰੂ ਦੀ ਸੇਵਾ ਹੈ ਫਿਰ ਗੁਰੂ ਦੀ ਕੌਮ ਦੇ ਲਈ ਸਮਾਜ ਦੇ ਲਈ ਪਰਪਕਾਰ ਕਰਨਾ ਇਹ ਸੇਵਾ ਹੈ ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ ਹੈ ਸਮਾਜ ਦੀ ਕੌਮ ਦੀ ਸੇਵਾ ਗੁਰੂ ਦੀ ਸੇਵਾ ਹੈ ਗੁਰੂ ਦਾ ਹੁਕਮ ਮੰਨਣਾ ਗੁਰੂ ਦੀ ਸੇਵਾ ਬਖਸ਼ਿਸ਼ ਤੋਂ ਬਿਨਾ ਨਿਭਦੀ ਨਹੀਂ ਆਖਵਾਇ ਗੁਰੂ ਦਾ ਹੁਕਮ ਮੰਨਣ ਲਈ ਵੀ ਆਪਾਂ ਵਾਰਨਾ ਪਵੇਗਾ ਸੌਮ ਦੀ ਸੇਵਾ ਤੇ ਮਨੁੱਖਤਾ ਦੀ ਸੇਵਾ ਲਈ ਵੀ ਆਪਾਂ ਵਾਰਨਾ ਪਵੇਗਾ ਕਿਤੇ ਆਪਣੇ ਦੁੱਖ ਸੁੱਖ ਦਾਤੇ ਲਾਉਣੇ ਪੈ ਸਕਦੇ ਨੇ ਕਦੀ ਆਪਣੀਆਂ ਪ੍ਰਾਪਤੀਆਂ ਦਾਤੇ ਲਾਉਣੀਆਂ ਪੈ ਸਕਦੀਆਂ ਨੇ ਕਦੀ ਆਪਣੀ ਜ਼ਿੰਦਗੀ ਤੇ ਆਪਣਾ ਫਿਊਚਰ ਦਾਤੇ ਲਾਉਣਾ ਪੈਂਦਾ ਆਖਵਾਇ ਜਿਨ੍ਹਾਂ ਦੇ ਅੰਦਰ ਜਜ਼ਬਾ ਜਨੂਨ ਲਗਨ ਹੁੰਦੀ ਹੈ ਉਹਨਾਂ ਦੇ ਅੰਦਰ ਬਖਸ਼ਿਸ਼ ਹੁੰਦੀ ਹੈ ਜਿਨ੍ਹਾਂ ਅੰਦਰ ਬਖਸ਼ਿਸ਼ ਹੁੰਦੀ ਹੈ ਉਹਨਾਂ ਨੂੰ ਵਾਹਿਗੁਰੂ ਜੀ ਸੇਵਾ ਤੇ ਲਾਉਂਦੇ ਨੇ ਆਖੋ ਨਾਨਕ ਤਾਂ ਕੋ ਦੁੱਖ ਨ ਵਿਆਪੈ ਇਹ ਨਾਨਕ ਜੀ ਉਹਨਾਂ ਦੀ ਜ਼ਿੰਦਗੀ 'ਚ ਦੁੱਖ ਤਾਂ ਆਉਂਦੇ ਨੇ ਪਰ ਦੁੱਖ ਉਹਨਾਂ ਨੂੰ ਉਸ ਰਾਹ ਤੋਂ ਰੋਕ ਨਹੀਂ ਸਕਦੇ ਇਹਨੂੰ ਕਹਿੰਦੇ ਨੇ ਵਿਆਪਦੇ ਨਹੀਂ ਦੁੱਖ ਤਾਂ ਗੁਰੂ ਪਾਤਸ਼ਾਹ ਦੇ ਜੀਵਨ 'ਚ ਵੀ ਆਏ ਨੇ ਮਿਸ਼ਨ ਤੋਂ ਨਹੀਂ ਰੋਕ ਸਕਦੇ ਇਹ ਮਿਸ਼ਨ ਤੋਂ ਰੋਕ ਲਿਆ ਗੁਰੂ ਦੇ ਮਾਰਗ ਤੇ ਤੁਰਨ ਤੋਂ ਡੋਲ ਗਿਆ ਰੁਕ ਗਿਆ ਤਾਂ ਦੁੱਖ ਵਿਆਪ ਗਏ ਜੇ ਤੁਰਦਾ ਰਿਹਾ ਤੇ ਦੁੱਖ ਨਹੀਂ ਵਿਆਪਦੇ ਆਖੋ ਵਾਹਿਗੁਰੂ ਆਹ ਹੈ ਦੁੱਖ ਨਾ ਆਉਣ ਦੀ ਦੁੱਖ ਨਾ ਲੱਗਣ ਦੀ ਦੁੱਖ ਨਾ ਵਿਆਪਣ ਦੀ ਸਿਉਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਹੈ ਇਹ ਨਾ ਮੰਨ ਬੈਠੇ ਉਹ ਕਰਮ ਕਾਂਡੀ ਪ੍ਰਚਾਰ ਰਾਹੀਂ ਤਾਂ ਸਿਖਾਇਆ ਜਾਂਦਾ ਕਿ ਦੁੱਖ ਨਹੀਂ ਆਉਣਗੇ ਦੁੱਖ ਤਾਂ ਗੁਰੂ ਸਾਹਿਬਾਨਾਂ ਦੀ ਜ਼ਿੰਦਗੀ 'ਚ ਵੀ ਆਏ ਉਹ ਕਹਿੰਦਾ ਬਿਮਾਰੀ ਨਹੀਂ ਆਏਗੀ ਬਿਮਾਰੀ ਤਾਂ ਗੁਰੂ ਸਾਹਿਬਾਨਾਂ ਦੇ ਵੀ ਆਈ ਵਿਆਪਨਗੇ ਨਹੀਂ ਭਾਵ ਤੈਨੂੰ ਮਿਸ਼ਨ ਤੇ ਤੁਰਨ ਤੋਂ ਗੁਰੂ ਦੇ ਮਾਰਗ ਤੇ ਤੁਰਨ ਤੋਂ ਰੋਕ ਨਹੀਂ ਸਕਦੇ ਦੁੱਖ ਆਉਣਗੇ ਸਗੋਂ ਹੋਰ ਮਜ਼ਬੂਤ ਕਰਨਗੇ ਹੋਰ ਸਿੱਧਕ ਭਰੋਸਾ ਵਧੇਗਾ ਪੌੜੀ ਬਾਵਾ ਨਖਰੀ ਬਾਣੀ ਦੀ 51ਵੀਂ ਔੜੀ ਸ਼ੁਰੂ ਹੋ ਰਹੀ ਹੈ ਸ਼ਲੋਕ ਵਾਹਿਗੁਰੂ ਔੜੀ ਦੇ ਨਾਲ ਸ਼ਲੋਕ ਜੋ ਹੈ ਸ਼ੁਰੂ ਹੋ ਰਿਹਾ ਹੈ 51ਵੀਂ ਪੌੜੀ ਦੇ ਨਾਲ ਸਾਰੇ ਹਰ ਮੁਖ ਤੇ ਬੋਲਣਾ ਮਨ ਬੂਠਾ ਸੁਖ ਹੋਏ ਜਿਹੜੇ ਮੁਖ ਦੇ ਨਾਲ ਰੱਬ ਦੇ ਗੁਣਾਂ ਦੀਆਂ ਰੱਬੀ ਉਪਦੇਸ਼ ਦੀਆਂ ਰੱਬ ਦੇ ਨਿਜ਼ਮ ਦੀਆਂ ਵਿਚਾਰਾਂ ਕਰਦੇ ਨੇ ਸਿੱਖਣ ਤੇ ਵੰਡਣ ਦੀ ਭਾਵਨਾ ਨਾਲ ਉਹਨਾਂ ਦਾ ਮਨ ਭਿੱਜਿਆ ਹੁੰਦਾ ਏ ਉਸ ਵਿੱਚ ਗਿੱਜਿਆ ਹੁੰਦਾ ਏ ਬੂਠਾ ਇਕਮਿਕ ਹੋਇਆ ਹੁੰਦਾ ਉਹ ਕੇਵਲ ਡਿਸਕਸ ਨਹੀਂ ਕਰ ਰਹੇ ਹੁੰਦੇ ਮੰਨਦੇ ਨੇ ਉਸ ਨੂੰ ਪ੍ਰੈਕਟੀਕਲ ਜਿਉਂਦੇ ਨੇ ਉਹਨਾਂ ਨੂੰ ਆਤਮਿਕ ਸੁਖ ਮਿਲਦਾ ਹੈ ਜਿਹੜੀ ਕੱਲ ਦੇ ਐਪੀਸੋਡ ਵਿੱਚ ਆਇਆ ਸੀ ਨਾ ਮਤ ਪੂਰੀ ਪ੍ਰਧਾਨ ਉਪਰੇਰਣਾ ਦੇਣ ਵਾਲੇ ਬਣਦੇ ਨੇ ਨਾਨਕ ਸਭ ਮਹਿ ਰਬ ਰਹਿਆ ਆਨਤਨੰ ਤਰਸੋਏ ਇਹ ਨਾਨਕ ਜੀ ਉਹਨਾਂ ਨੂੰ ਫਿਰ ਸਮਝ ਆ ਜਾਂਦੀ ਹੈ ਵਾਹਿਗੁਰੂ ਜੀ ਹਰ ਇੱਕ ਵਿੱਚ ਸਮਾਏ ਹੋਏ ਨੇ ਕਿ ਹਰ ਇੱਕ ਵਿੱਚ ਵਾਹਿਗੁਰੂ ਜੀ ਨੂੰ ਦੇਖਣਾ ਹੈ ਗੁਣਾ ਦੇ ਰੂਪ ਵਿੱਚ ਦੱਸਣਗੇ ਸੱਚੇ ਗਿਆਨ ਦੇ ਰੂਪ ਵਿੱਚ ਦੱਸਣਗੇ ਹਰ ਮਨੁੱਖ ਦੇ ਹਰ ਵਰਤਾਰੇ ਵਿੱਚੋਂ ਕੋਈ ਨਾ ਕੋਈ ਸਿੱਖਿਆ ਮਿਲਦੀ ਹੈ ਉਹ ਸੱਚਾ ਗਿਆਨ ਰੱਬ ਦਾ ਰੂਪ ਹੈ ਆਖ ਵਾਹਿਗੁਰੂ ਜੇ ਇਹ ਜੀਵਣਾ ਆ ਗਿਆ ਤੇ ਥਾਂ-ਥਨੰਤਰ ਸੋਇ ਹਰ ਥਾਂ ਤੇ ਵਾਹਿਗੁਰੂ ਜੀ ਸੱਚੇ ਗਿਆਨ ਦੇ ਰੂਪ ਵਿੱਚ ਇਹ ਸਾਰਿਆਂ ਵਿੱਚ ਸਮਾਇਏ ਹੋਏ ਨੇ ਪੌੜੀ ਇਰੋਂ ਕਟ ਕਟ ਸਗਲ ਕੈ ਪੂਰ ਰਹੇ ਭਗਵਾਨ ਵਾਹਿਗੁਰੂ ਜੀ ਹਰ ਇੱਕ ਵਿੱਚ ਵਸਦੇ ਨੇ ਜੇ ਮੈਂ ਉਹਨਾਂ ਨੂੰ ਦੇਖਦਾ ਦੀਦਾਰ ਕਰਦਾ ਆਪਾਂ ਵੀ ਜੇ ਇਹ ਮੰਨ ਲਈਏ ਨਾ ਕਿ ਵਾਹਿਗੁਰੂ ਜੀ ਦਾ ਰੂਪ ਹੈ ਸੱਚਾ ਗਿਆਨ ਜੋ ਤੁਹਾਡੇ ਨਾਲ ਮਿਸਬਿਹੇਵ ਕਰ ਗਿਆ ਉਹ ਵੀ ਗਿਆਨ ਬਣ ਗਿਆ ਖੋਇ ਉਹਦੇ ਮਿਸਬਿਹੇਵ ਵਿੱਚ ਵੀ ਰੱਬ ਸੱਚਾ ਗਿਆਨ ਬਣ ਕੇ ਬੈਠਾ ਹੈ ਸਿੱਖਣ ਦਾ ਯਤਨ ਤਾਂ ਕਰੀਏ ਜੇ ਕੋਈ ਚੰਗਾ ਬਿਹੇਵ ਕਰ ਗਿਆ ਚੰਗਾ ਵਰਤੋਂ ਵਿਵਹਾਰ ਕਰ ਗਿਆ ਉਹਦੇ ਚੋਂ ਵੀ ਗਿਆਨ ਮਿਲਦਾ ਹੈ ਤੇ ਸੱਚਾ ਗਿਆਨ ਬਣ ਕੇ ਵਾਹਿਗੁਰੂ ਜੀ ਉਹਦੇ ਚੰਗੇ ਬਿਹੇਵੀਅਰ ਵਿੱਚ ਹੋ ਜਾਂਦੀ ਹੈ ਇਹ ਦੂਸਰੀ ਗੱਲ ਕਹਦੇ ਆ ਗੁਰਮਤਿ ਜੀਵਨ ਦੀ ਸਮਝ ਆ ਜਾਏਗੀ ਜਿਹੜੇ ਤੈਨੂੰ ਚੰਗੇ ਨਹੀਂ ਲੱਗ ਰਹੇ ਸੋਚ ਕਿਉਂ ਨਹੀਂ ਚੰਗੇ ਲੱਗ ਰਹੇ ਜਿਹੜੇ ਕਾਰਨ ਕਰਕੇ ਜਾਂ ਤਾਂ ਕਿਸੇ ਦਾ ਬੋਲ ਤੈਨੂੰ ਚੰਗਾ ਨਹੀਂ ਲੱਗਦਾ ਜਾਂ ਕਿਸੇ ਦਾ ਕਰਮ ਚੰਗਾ ਨਹੀਂ ਲੱਗਦਾ ਜਾਂ ਬਿਹੇਵੀਅਰ ਚੰਗਾ ਨਹੀਂ ਲੱਗਦਾ ਜੇ ਬੋਲ ਚੰਗਾ ਨਹੀਂ ਲੱਗਦਾ ਜਿਹੜੇ ਬੋਲ ਤੈਨੂੰ ਚੰਗੇ ਨਹੀਂ ਲੱਗਦੇ ਨਾ ਕਿਸੇ ਦੇ ਉਸ ਬੋਲ ਵਿੱਚੋਂ ਸਿੱਖ ਕੇ ਦੇਖ ਤੈਨੂੰ ਕੋਈ ਨਾ ਕੋਈ ਸੱਚਾ ਗਿਆਨ ਮਿਲੇਗਾ ਉਸ ਵਿੱਚ ਜਿਹੜਾ ਕਿਸੇ ਦਾ ਕਰਮ ਚੰਗਾ ਨਹੀਂ ਲੱਗਦਾ ਉਸ ਕਰਮ ਵਿੱਚੋਂ ਤੈਨੂੰ ਸਿੱਖਿਆ ਮਿਲੇਗੀ ਜਿਹੜਾ ਕਿਸੇ ਦਾ ਵਰਤਮ ਵਿਵਹਾਰ ਚੰਗਾ ਨਹੀਂ ਲੱਗਦਾ ਉਸ ਵਰਤਮ ਵਿਵਹਾਰ ਵਿੱਚੋਂ ਵੀ ਸਿੱਖਿਆ ਮਿਲੇਗੀ ਵਾਹਿਗੁਰੂ ਜੀ ਸੱਚਾ ਗਿਆਨ ਬਣ ਕੇ ਹਰ ਇੱਕ ਵਿੱਚ ਸਮਾਇ ਹੋਏ ਨੇ ਤੇ ਸਤਿਗੁਰੂ ਜੀ ਕਹਿੰਦੇ ਮੈਂ ਉਸ ਦੇ ਦੀਦਾਰ ਕਰਦਾ ਵਾਹਿਗੁਰੂ ਹੋពੂਰ ਰਹੇ ਅਰਥਾਤੇ ਪਰਿਪੂਰਨ ਨਿਵਾਹਿ ਰਜੀ ਹੋਵਤ ਆਏ ਸਾਦ ਸਦੀਵ ਦੁਖ ਪੰਜਨ ਗੁਰ ਗਿਆਨ ਵਾਇਗ੍ਰ ਸੱਚੇ ਪਾਤਸ਼ਾਹ ਸਦਾ ਨੇ ਸਦੀਵੀ ਨੇ ਦੁਖਾਂ ਦਾ ਨਾਸ਼ ਕਰਨ ਵਾਲੇ ਨੇ ਤੇ ਰੂਪ ਪਤਾ ਕੀ ਹੈ ਉਹਨਾਂ ਦਾ ਗੁਰ ਗਿਆਨ ਆਖੋ ਸੱਚਾ ਗਿਆਨ ਉਹ ਗਿਆਨ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰ ਸਰੂਪ ਵਿੱਚ ਹੋਂਟ ਛੁਟਕਾ ਹੋਏ ਆਨੰਦ ਤਹ ਹੋਂਨਾ ਹੀ ਤਹ ਆਪ ਅੰਦਰੋਂ ਹੋਮੈ ਟਟੇ ਗਿਨ ਇਹ ਰਾਤ ਮੇਂ ਕਨੰਦਾ ਹੁੰਦਾ ਜਿੰਨਾ ਚਿਰ ਆਪਣੇ ਸੁਭਾਅ ਨੂੰ ਆਪਣੀ ਸੋਚ ਨੂੰ ਪਰਫੈਕਟ ਮੰਨੀ ਬੈਠਾ ਹੈ ਨਾ ਐਵੇਂ ਖਿਜੀ ਜਾਂਦਾ ਜਿਹੜਾ ਤੇਰੇ ਸੁਭਾਅ ਦੇ ਉਲਟ ਫਿੱਟ ਨਹੀਂ ਹੁੰਦਾ ਜਿਹੜਾ ਤੇਰੀ ਸੋਚ ਦੇ ਫਿੱਟ ਨਹੀਂ ਹੁੰਦਾ ਤੇ ਜਦੋਂ ਤੂੰ ਐਵੇਂ ਵਿਚਲਤ ਜਾ ਹੋ ਜਾਂਦਾ ਨਾ ਮਨ ਕਿ ਵਿਚਲਤ ਹੋਇਆ ਮਨ ਆਤਮਿਕ ਅਨੰਦ ਨਹੀਂ ਮਾਣ ਸਕਦਾ ਕੋਈ ਵੀ ਤੇ ਜਦੋਂ ਅੰਦਰੋਂ ਇਹ ਹਮੈ ਦੀ ਰੜ ਕਮਟ ਜਾਂਦੀ ਹਮੈ ਦਾ ਕੰਡਾ ਅੰਦਰੋਂ ਦੂਰ ਹੁੰਦਾ ਹੈ ਤੈ ਹੋ ਨਾਹੀ ਤੈ ਆਪ ਇਹ ਹਰ ਥਾਂ ਤੇ ਅੰਦਰ ਬਾਗਰੀ ਜੀ ਮਹਿਸੂਸ ਹੁੰਦੇ ਨੇ ਅਤੇ ਦੁੱਖ ਜਨਮ ਮਹ ਮਰਨ ਸੰਤ ਸੰਗ ਪਰਤਾਪ ਇਹ ਅੰਦਰ ਉਹ ਦੁੱਖ ਦੁੱਖ ਕੀ ਹੈ ਜਿਸ ਮਾਰਗ ਤੇ ਨਾ ਤੁਰਨਾ ਦੁੱਖ ਹੈ ਜਿਹੜੀ ਚੀਜ਼ ਇਸ ਮਾਰਗ ਤੇ ਤੁਰਨ ਤੋਂ ਰੋਕਦੀ ਪਈ ਹੈ ਉਹੀ ਦੁੱਖ ਹੈ ਉਹਦੇ ਕਾਰਣੀ ਅੰਦਰ ਜਨਮ ਮਰਨ ਚੱਲਦਾ ਗੁਣਾ ਮਰ ਜਾਂਦੇ ਨੇ ਉਹ ਗਣ ਜਨਮ ਲੈਂਦੇ ਨੇ ਸੰਤ ਸੰਗ ਗੁਰੂ ਦਾ ਸੰਗ ਗੁਰੂ ਦੇ ਉਪਦੇਸ਼ ਦਾ ਸੰਗ ਕੀਤਿਆਂ ਉਸ ਉਪਦੇਸ਼ ਦਾ ਪ੍ਰਤਾਪ ਹੈ ਇੱਕ ਪ੍ਰਤਾਪ ਕੀ ਹੈ ਪ੍ਰਭਾਪੈ ਜਾਣਾ ਮਨ ਤੇ ਮਨ ਨੂੰ ਚੰਗਾ ਲੱਗਣਾ ਮਨ ਦਾ ਮੰਨਣਾ ਸਾਰੇ ਜਨਮ ਮਰਨ ਤੇ ਇਹ ਦੁੱਖ ਦੂਰ ਹੁੰਦਾ ਅੰਦਰੋਂ ਅੰਦਰਲਾ ਜਨਮ ਮਰਨ ਅੰਦਰਲਾ ਦੁੱਖ ਹਿਤਕਰ ਨਾਮ ਦ੍ਰਿੜ ਹੈ ਦਿਆਲਾ ਵਾਹਿਗੁਰੂ ਮਾਫ ਕਰਨਾ ਹਿਤਕਰ ਨਾਮ ਦ੍ਰਿੜ ਹੈ ਦਿਆਲਾ ਦਿਆਲ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਜੋ ਗਿਆਨ ਰੂਪੀ ਨਾਮ ਹੈ ਨਾ। ਵਿਦੇਸ਼ ਉਹਦੇ ਨਾਲ ਜਦੋਂ ਗੂੜਾ ਪਿਆਰ ਪੈਂਦਾ ਨਾ ਫਿਰ ਉਹਨੂੰ ਮੰਨਦੇ ਹਾਂ ਸੋਚ ਸੁਭਾਅ ਨੂੰ ਪਰਚੋਲਦੇ ਹਾਂ ਸਵਾਰਦੇ ਹਾਂ ਸ਼ਿੰਗਾਰਦੇ ਹੌਲੀ ਹੌਲੀ ਆਦਤ ਪੱਕ ਜਾਂਦੀ ਐ ਨੂੰ ਕਹਿੰਦੇ ਦ੍ਰਿੜ ਹੋ ਗਿਆ ਆਖੋ। ਸੰਤਾ ਹ ਸੰਗ ਹੋਤ ਕਿਰਪਾਲਾ ਪਰ ਹੋਏਗਾ ਗੁਰੂ ਦਾ ਸੰਗ ਕਰਕੇ। ਤੇ ਨਾਲ ਜੋ ਗੁਰੂ ਦੇ ਪਿਆਰੇ ਨੇ ਗੁਰਸਿੱਖ ਨੇ ਉਹਨਾਂ ਨਾਲ ਵਿਚਾਰਾਂ ਕਰਦੇ ਆ ਡਿਸਕਸ ਕਰਦੇ ਆ। ਮਨ ਨੂੰ ਹਿਲਾ ਰਹਾ ਹੁੰਦਾ ਹੈ ਉਹਨਾਂ ਦੇ ਸੰਗ ਵਿੱਚੋਂ ਵੀ ਤੇ ਪਿਆਰ ਹੋਰ ਵੱਧਦਾ ਹੈ ਵਾਹਿਗੁਰੂ ਜੀ ਦੀ ਬਖਸ਼ਿਸ਼ ਗੁਰੂ ਰਾਹੀ ਗੁਰੂ ਕੀ ਸੰਗਤ ਰਾਹੀ ਮਿਲਦੀ ਹੈ ਹੋਰ ਹੈ ਕਚੂ ਨਕਿਨ ਹੂੰ ਕੀਆ ਵਾਹਿਗੁਰੂ ਤੋਂ ਬਿਨਾ ਹੋਰ ਕੋਈ ਵੀ ਨਹੀਂ ਜੋ ਬਖਸ਼ਿਸ਼ ਦੇ ਸਕੇ ਇਹ ਵਾਹਿਗੁਰੂ ਜੀ ਨੇ ਜੋ ਪ੍ਰਕਿਰਿਆ ਸੈ ਪੈਦਾ ਕੀਤਾ ਹੈ ਗੁਰੂ ਕੀ ਸੰਗਤ ਤੇ ਗੁਰੂ ਗੁਰੂ ਦੇ ਉਪਦੇਸ਼ਾਂ ਦੀ ਸੰਗਤ ਸੱਚੇ ਗਿਆਨ ਦੀ ਸੰਗਤ ਇਹਦੇ ਤੋਂ ਬਿਨਾ ਹੋਰ ਕੋਈ ਵੀ ਨਹੀਂ ਜੋ ਬਖਸ਼ਿਸ਼ ਦੇ ਸਕੇ ਨਾਨਕ ਸਭ ਕਛ ਪ੍ਰਭ ਤੇ ਹੂਆ ਏ ਨਾਨਕ ਜੀ ਸਭ ਤਰ੍ਹਾਂ ਦੀ ਬਖਸ਼ਿਸ਼ ਗੁਰਮੁਖ ਸਬਾਉ ਗੁਰਮਤ ਵਾਲੀ ਸੋਚ ਰੱਬੀ ਮਾਰਗ ਦੇ ਲਈ ਜੋ ਕੁਛ ਚਾਹੀਦਾ ਸਭ ਕੁਝ ਵਾਹਿਗੁਰੂ ਜੀ ਤੋਂ ਪ੍ਰਾਪਤ ਹੋਣਾ ਹੈ ਹੁਣ ਗੁਰ ਗਿਆਨ ਸਰੂਪ ਰਾਹੀ ਹੈ ਗੁਰੂ ਦੇਵ ਦੇਸ ਰਾਹੀ ਹੈ ਸਤਗੁਰ ਸਰੂਪ ਨੇ ਕਿਰਪਾ ਕਰਨੀ ਹੈ ਸ਼ੁਕਰ ਵਾਹਿਗੁਰੂ ਜੀ ਦਾ ਜੋ ਅਰਥਾਂ ਸਮੇਤ ਸਹਿਜ ਪਾਠ ਕਰ ਰਹੇ ਹਾਂ ਸਖਨ ਨੂੰ ਬਹੁਤ ਕੁਝ ਪ੍ਰਾਪਤ ਹੋ ਰਿਹਾ ਹੈ ਜਿਉਂ-ਜਿਉਂ ਵਿਚਾਰ ਦੇ ਰਮਾਂਗੇ ਸੁਣਦੇ ਰਮਾਂਗੇ ਡਿਸਕਸ ਕਰਦੇ ਰਮਾਂਗੇ ਤੇ ਉਹ ਅੰਦਰ ਵਸਦਾ ਜਾਏਗਾ ਅੰਦਰ ਵਿਚਾਰ ਤਾਰਾ ਬਣਦੀ ਜਾਏਗੀ ਸੋਚ ਸੁਭਾਅ ਸੰਵਰਦਾ ਜਾਏਗਾ ਸ਼ਿੰਗਾਰਿਆ ਜਾਏਗਾ ਸਤਿਗੁਰੂ ਕਿਰਪਾ ਕਰਨ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੇ ਸਰਬਾ ਦਾ ਪਲਾ ਫੁੱਲਾ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮਨਤੀ ਰੈਸ਼ਨ ਸਭ ਵਿਚਾਰਾ